ਤੇਰੀ ਉਹ ਦੇਖ ਦੇਖ ਦੇ ਸਾਰੇ ਡਰ ਗਏ ਸੀ ਔਰ ਅਭੀ ਤੂੰ ਰੁਕੋ ਕਲਾਈਮੈਕਸ ਅਭੀ ਬਾਕੀ ਹੈ ਮੈਂ ਤਾਂ ਵੀਡੀਓ ਬਣਾਉਣ ਆਇਆ ਵਾਂ ਤੁਸੀਂ ਡਰਾ ਕਿਉਂ ਤੇ ਅੱਛਾ ਡਰ ਗਏ ਚੱਲ ਕੋਈ ਨੀ ਕਰੋ ਕਰੋ ਮੌਜ ਕਰੋ ਕੋਈ ਨੀ ਹਾਂ ਦੇਖੋ ਮੇਰੇ ਵੀਰੋ ਇੱਧਰਲਾ ਵਿਊ ਬੜਾ ਘੈਂਟ ਜੇ ਤੁਸੀਂ ਵੀ ਆਓਗੇ ਖੁਸ਼ ਹੋ ਜਾਓਗੇ ਇੱਦਾਂ ਹੋ ਹੀ ਨਹੀਂ ਸਕਦਾ ਨਾ ਖੁਸ਼ ਹੋਊਗੀ ਸਭ ਹੋਊਗੇ ਨਹੀਂ ਤਾਂ ਆਪਾਂ ਖੁਸ਼ ਕਰ ਦਾਂਗੇ ਮੈਂ ਤਾਂ ਚਾਹੁੰਦਾ ਜਗ੍ਹਾ ਨਾਲ ਛੇੜਛਾੜ ਨਾ ਹੋਵੇ ਹੈ ਨਾ ਜਿਹੜੀ ਆ ਜੰਗਲ ਇੱਦਾਂ ਦਾ ਹੀ ਰਹੇ ਅਰੇ ਹੁਣ ਤਾਂ ਇੱਧਰ ਜਗ੍ਹਾ ਵੀ ਹੈਗੀ ਥੱਲੇ ਜਾਣ ਦੀ ਉਹ ਲੱਤ ਮਰੀ ਮੇਰੇ ਵੀਰਾਂ ਨੇ ਦੇਖਦਾ ਲੋਈ ਮੇਰੇ ਵੀਰੋ ਇੱਧਰ ਸ਼ੂਟਿੰਗ ਹੁੰਦੀ ਜੇ ਵੀਰ ਕਹਿੰਦੇ ਆ ਮੋਟਰਸਾਈਕਲ ਪਾਸੇ ਕਰ ਲਓ ਤੁਸੀਂ ਵਿੱਚ ਆ ਰਹੇ ਹੋ ਤਾਂ ਆਪਾਂ ਹੁਣ ਪਾਸੇ ਹੋ ਜਾਵਾਂਗੇ ਤਾਂ ਕਿ ਇਹਨਾਂ ਨੂੰ ਮੁਸ਼ਕਲ ਨਾ ਹੋਵੇ ਅਤੇ ਆਹ ਦਰਖਤ ਮੇਰੇ ਵੀਰੋ ਬਹੁਤ ਜ਼ਿਆਦਾ ਪੁਰਾਣਾ ਹੈਗਾ ਜੀ ਮੈਂ ਪਿਛਲੀ ਵੀਡੀਓ 'ਚ ਵੀ ਤੁਹਾਨੂੰ ਦੱਸਦਾ ਹੋਣਾ ਵਾ ਬਹੁਤ ਜ਼ਿਆਦਾ ਜਿੱਦਾਂ ਦੀ ਹਾਲਤ ਹੈ ਨਾ 700-800 ਸਾਲ ਪੁਰਾਣਾ ਦਰਖਤ ਲੱਗਦਾ ਪਿਆ ਮੈਨੂੰ ਆਪਣੇ ਨਾਲ ਚੂਪਾ ਓ ਸੋਰੀ ਚੂਪਾ ਚਲੋ ਜੀ ਅੱਜ ਪਾਣੀ ਬਹੁਤ ਘੱਟ ਆ ਨਹੀਂ ਤਾਂ ਪੂਰਾ ਇੱਧਰ ਤੱਕ ਭਰਿਆ ਹੁੰਦਾ ਸੀ ਪਾਣੀ ਹੁਣ ਤਾਂ ਥੱਲੇ ਆਇਆ ਵਾ ਹੁਣ ਇੱਥੋਂ ਅੰਦਾਜ਼ਾ ਲਾ ਸਕਦਾ ਮੈਂ ਡੁੱਬ ਸਕਦਾ ਬੜੇ ਆਰਾਮ ਨਾਲ ਜਿੰਨਾ ਪਹਿਲਾਂ ਪਾਣੀ ਭਰਿਆ ਸੀਗਾ
ਲਓ ਜੀ ਆਹ ਕੁਦਰਤ ਨੇ ਆਪੇ ਰਸਤਾ ਬਣਾਤਾ ਜੀ ਉੱਪਰ ਜਾਣ ਨੂੰ, ਇੱਥੇ ਚੜ੍ਹਾਂਗੇ ਆਪਾਂ। ਚਲੋ ਤੁਹਾਨੂੰ ਮੈਂ ਇਕੱਲਾ ਇਕੱਲਾ ਕਮਰਾ ਦਿਖਾਉਂਦਾ, ਬੜਾ ਪੁਰਾਣਾ ਖੰਡਰ ਹੈਗਾ ਜੀ, ਬਹੁਤ ਜ਼ਿਆਦਾ, ਇਹ 17 ਜਾਂ 18ਵਾਂ ਸਦੀ ਦਾ, ਜਿਵੇਂ 1760 ਵੇਲੇ ਦਾ। ਲੋ ਮੇਰੇ ਵੀਰੋ ਆ ਵੀ ਸੁੱਕਾ ਜੀ, ਨਹੀਂ ਤਾਂ ਇੱਧਰੋਂ ਉੱਧਰ ਛਾਲ ਮਾਰਨ ਨੂੰ ਡਰ ਲੱਗਦਾ। ਹੁਣ ਪਤਾ ਲੱਗ ਗਿਆ ਪਾਣੀ ਥੋੜ੍ਹਾ ਹੀ ਆ ਥੱਲੇ, ਮਤਲਬ ਗੋਡਿਆਂ ਤੱਕ ਹੁੰਦਾ ਸੀ ਪਾਣੀ, ਮੈਨੂੰ ਲੱਗਾ ਕਿ ਤਾਂ ਬਹੁਤ ਜ਼ਿਆਦਾ ਡੂੰਘਾ ਹੋਊਗਾ। ਮੈਂ ਇਸ ਤਰ੍ਹਾਂ ਕਰਦਾ ਹੁੰਦਾ ਸੀ ਪਹਿਲਾਂ, ਇੱਧਰੋਂ ਅਤੇ ਉੱਧਰ ਛਾਲ ਮਾਰਦਾ ਸੀ, ਆਹ ਦੇਖਿਓ ਇੱਦਾਂ ਇੱਦਾਂ। ਪਾਵਰ ਬੈਂਕ ਮੈਨੂੰ ਨਾਲ ਹੀ ਰੱਖਣਾ ਪੈਂਦਾ,
ਕਿਉਂਕਿ ਬੈਟਰੀ ਲੋਅ ਹੁੰਦੀ ਆ, ਬੈਟਰੀ ਵੀ ਖਰਾਬ ਹੋ ਗਈ ਆ ਮੋਬਾਈਲ ਦੇ ਨਾਲ ਨਾਲ। ਚਲੋ ਫਿਰ ਆਖਰੀ ਛਾਲ ਮਾਰਦੇ ਹਾਂ ਫਿਰ ਗੇਟ ਤੋਂ ਬਾਹਰ ਚੱਲਦੇ ਹਾਂ। ਅੰਦਰੋਂ ਤਾਂ ਇੱਦਾਂ ਵਿਊ ਲੱਗਦਾ ਬਾਹਰ ਦਾ ਸਾਰਾ ਹੀ ਆਲਾ ਦੁਆਲਾ। ਹਾਂ ਇੱਧਰ ਪਾਣੀ ਹੈਗਾ ਜੀ ਇੱਧਰ ਤੱਕ। ਹੁਣ ਉਹ ਦੇਖੋ ਅੱਗੇ ਨੂੰ ਜਾ ਰਿਹਾ, ਇੱਕ ਵਾਰ ਤੁਹਾਨੂੰ ਇੱਧਰੋਂ ਨੁੱਕਰੋਂ ਦਿਖਾ ਦਿੰਦਾ ਸਾਰਾ ਸੀਨ। ਆਪਾਂ ਉੱਧਰਲੇ ਪਾਸੇ ਮੇਰੇ ਵੀਰੋ ਹੁਣ ਆਪਾਂ ਨਹਿਰ ਪਾਰ ਕਰਕੇ ਪਰਲੇ ਪਾਸੇ ਚੱਲੇ ਆ। ਦੇਖੋ ਪੂਰਾ ਜੰਗਲ ਦੇ ਵਿੱਚ ਬਣੀ ਜੇ ਰੋਡ ਅਤੇ ਹੁਣ ਕਾਫੀ ਚੱਲਦੀ ਆ। ਐਤਵਾਰ ਨੂੰ ਜ਼ਿਆਦਾ ਉਹ ਦੇਖੋ ਅੱਗੇ ਮੋਟਰਸਾਈਕਲ ਵਾਲੇ ਸਾਰੇ ਮੁੰਡੇ ਆਏ ਆ ਟ੍ਰੇਨ ਦੀ ਲਾਈਨਾਂ ਲੱਗੇ ਫੋਟੋ ਕਰਾਉਣ ਅਤੇ ਆਪਾਂ ਬਣਾਵਾਂਗੇ ਵੀਡੀਓ ਹੌਲੀ ਹੌਲੀ। ਇਹ ਵੀ ਜਗ੍ਹਾ ਬਣ ਜੂਗੀ ਘੈਂਟ, ਪਰ ਟਾਈਮ ਲੱਗੂ 10-20 ਸਾਲ ਬਾਅਦ ਜਾ ਕੇ ਲੋਕਾਂ ਵਾਲੀ ਸੜਕ ਬਣ ਸਕਦੀ ਆ। ਆਹ ਦੇਖੋ ਨਜ਼ਾਰੇ, ਬਾਏ ਬਾਏ ਟਾਟਾ ਗੁੱਡ ਬਾਏ ਗਿਆ ਮਾੜਾ ਜਾਂਦਾ।
ਮੈਂ ਤਾਂ ਵੀਡੀਓ ਬਣਾਉਣਾ ਵਾ ਨਾ ਨਾ ਵਲੌਗ ਬਣਾਉਣਾ ਜੀ ਯੂਟਿਊਬ ਚੈਨਲ ਅੱਛਾ ਵਲੌਗ ਬਣਾਉਂਦੇ ਹੋ ਆਹੋ ਕੀ ਨਾਮ ਆ ਏਕਮ ਸਾਈਕਲਿਸਟ ਪੰਜਾਬ ਸਾਈਕਲਿੰਗ ਕਰਦਾ ਮੈਂ ਤਾਂ ਅੱਛਾ ਸਾਈਕਲਿੰਗ ਹਾਂ ਮੈਂ ਚੱਲ ਆ ਵੀ ਬਣਾ ਦੀ ਆਲਾ ਦੁਆਲਾ ਤੁਹਾਨੂੰ ਲੱਗਿਆ ਨਹੀਂ 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 ਥੋੜ੍ਹਾ ਮੇਰੇ ਵੀਰੋ ਮੈਨੂੰ ਲੱਗਾ ਸੀ ਵੈਸੇ ਘਰੇ ਚੱਲੇ ਆਏ ਸਾਰੇ ਵੀਰ ਡਰ ਗਏ ਇਹਨਾਂ ਨੂੰ ਲੱਗਿਆ ਮੈਂ ਮੀਡੀਆ ਵਾਲਾ ਆ ਗਿਆ ਹੋਰ ਮੁੰਡਿਓ ਮਾਰੋ ਮਾਰੋ ਸਟੰਟ ਮੈਂ ਤਾਂ ਵੈਸੇ ਐਂ ਵਲੌਗ ਬਣਾਉਣਾ ਸੀ ਚਲੋ ਮੇਰੇ ਵੀਰੋ ਸਾਰੇ ਮਾਫ ਕਰਿਓ ਸਾਰੇ ਵੀਰ ਭਰਾ ਡਰ ਗਏ ਇਹਨਾਂ ਨੂੰ ਲੱਗਿਆ ਮੀਡੀਆ ਵਾਲਾ ਆ ਗਿਆ ਜੀ ਅਤੇ ਅੱਛਾ ਡਰ ਗਏ ਚੱਲ ਕੋਈ ਨਹੀਂ ਕਰੋ ਕਰੋ ਮੌਜ ਕਰੋ ਕੋਈ ਨਹੀਂ ਚਲੋ ਜੀ ਇੱਧਰ ਵੀ ਦੂਜੀ ਲਾਈਨ ਬਣੂਗੀ ਟ੍ਰੇਨ ਦੀ ਰੇਤਾ ਵਾਹਵਾ ਭੁੱਲ ਹੈਗਾ ਜੀ ਚੱਲਦੇ ਹਾਂ ਨਹਿਰ ਲੱਗੇ ਚੱਕਰ ਮੋਬਾਈਲ ਮਾੜਾ ਮੋਬਾਈਲ ਮਾੜਾ ਵਾ ਧੁੰਦਲਾ ਇੰਨੇ ਪਿਕਸਲ ਨਹੀਂ ਹੈਗੇ ਲੈ ਉਹਨਾਂ ਚਾਹ ਚਲੋ ਜੀ ਵੀਰ ਭਰਾ ਕਹਿੰਦੇ ਸਾਨੂੰ ਵੀ ਲਿਆ ਮੈਂ ਕਿਹਾ ਯਾਰ ਮੋਬਾਈਲ ਮਾੜਾ ਜੀ ਵਧੀਆ ਨਹੀਂ ਹੋਣੀ ਵੀਡੀਓ ਚਲੋ ਸਾਰੇ ਵੀਰ ਭਰਾ ਇੰਜੋਏ ਕਰਨ ਆਏ ਆਪਣੇ ਉਹ ਲਓ ਜੀ ਸਪਲੈਂਡਰ ਫਸਾ ਲਿਆ ਜੀ ਚਲੋ ਜੀ ਵੀਰ ਦਾ ਸਪਲੈਂਡਰ ਫਸ ਗਿਆ ਜੀ ਮਿੱਟੀ ਪੋਲੀ ਹੈ ਨਾ ਉਹਦੇ ਕਰਕੇ ਧੱਸ ਗਿਆ ਅੰਦਰ ਨੂੰ ਚੱਕਾ ਘੁੰਮ ਗਿਆ ਜੀ ਇਹ ਜਗ੍ਹਾ ਉਜਾੜ ਆ ਮੇਰੇ ਵੀਰੋ ਸਾਰੀ ਪਰ ਸੰਡੇ ਨੂੰ ਆਉਂਦੇ ਆ ਕਾਫੀ ਜਾਣੇ ਇੱਧਰ ਬਸ ਫੋਟੋਆਂ ਕਰਾਉਣ ਆਉਂਦੇ ਆ ਫੋਟੋਆਂ ਕਰਾਉਣ ਲਈ ਬਹੁਤ ਘੈਂਟ ਜਗ੍ਹਾ ਵਾ ਇਹ ਅਤੇ ਇੱਥੇ ਪਾਣੀ ਵੀ ਘੱਟ ਆ ਇੱਥੇ ਤੱਕ ਖਲੋਤਾ ਮੈਂ ਨਹੀਂ ਤਾਂ ਉੱਤੇ ਖੜਨਾ ਪੈਂਦਾ ਸੀ ਪਾਣੀ ਉੱਧਰ ਤੱਕ ਜਾਂਦਾ ਸੀ ਇੱਧਰ ਵੀ ਟ੍ਰੇਨ ਦੀ ਲਾਈਨ ਬਣੂਗੀ ਇੱਕ ਹੋਰ ਤਿਆਰੀਆਂ ਚੱਲਦੀਆਂ ਪਈਆਂ ਜ਼ੋਰਾਂ ਸ਼ੋਰਾਂ ਨਾਲ ਚਲੀਏ ਚਲੋ ਫਿਰ ਓਕੇ ਮੁੰਡਿਓ ਮੁੰਡੇ ਡਰ ਗਏ ਸੀ ਮੈਂ ਭੱਜ ਅਫਸਰ ਆਹੋ ਮੈਂ ਕਿਹਾ ਮੈਂ ਉਹ ਆਪੀ ਆਇਆ ਨਾਲ ਮੈਂ ਕਿਹਾ ਮੈਂ ਆਇਆ ਹਾਂ ਤਾਂ ਹੀ ਤਾਂ ਮੈਨੂੰ ਵੀ ਦਿਖਾਉਣਾ ਵੀਡੀਓ ਮੈਂ ਕਿਹਾ ਅਫਸਰ ਆ ਮੈਂ ਕਿਹਾ ਲੈਣ ਮੈਨ ਦਾ ਕੋਈ ਅਫਸਰ ਆ ਮੈਂ ਕਿਹਾ ਅੱਛਾ ਤਾਂ ਉਹ ਵੀਡੀਓ ਬਣਾਉਣ ਆਇਆ ਵੀ ਉਹਦੇ ਬੰਦੇ ਗੱਲ ਪਾਉਣੇ ਮੈਂ ਕਿਹਾ ਮੈਂ ਉਹਦਾ ਕੀ ਆਇਆ ਅੱਛਾ ਕਹਿੰਦਾ ਗੱਡੀ ਮੈਂ ਕਿਹਾ ਗੱਡੀ ਨਹੀਂ ਮੈਂ ਕਿਹਾ ਤਾਂ ਇਹਦਾ ਮੋਟਰ ਨਹੀਂ ਕਿਸੇ ਨੂੰ ਪਤਾ ਹਾਂ ਚਲੋ ਮੇਰੇ ਵੀਰੋ ਵੀਰ ਆਪਣੇ ਸਾਰੇ ਡਰ ਗਏ ਸੀ ਨਹੀਂ ਨਹੀਂ ਉੱਦਾਂ ਤਾਂ ਪਾ ਦਾਂਗੇ ਚੱਲ ਅਗਲੇ ਇੰਜੋਏ ਕਰਨ ਆਏ ਆ ਵਧੀਆ ਜੀ ਇਹਨਾਂ ਨੂੰ ਲੱਗਾ ਮੇਰੇ ਵੀਰੋ ਕਿ ਮੈਂ ਕੋਈ ਅਫਸਰ ਹਾਂ
ਤਾਂ ਸਾਰਿਆਂ ਨੇ ਦੁੜਕੀ ਹੋ ਗਏ ਸੀ ਅਤੇ ਇੱਕ ਨੂੰ ਮੈਂ ਕਿਹਾ, ਮੈਂ ਕਿਹਾ ਨਹੀਂ ਨਹੀਂ ਮੈਂ ਤਾਂ ਵੈਸੇ ਆਇਆ ਵਾਂ ਵਲੋਗ ਬਣਾਉਣ ਆਇਆ ਵਾਂ, ਅਤੇ ਉਹ ਸਾਰੇ ਫਿਰ ਖੁਸ਼, ਮਤਲਬ ਸਾਹ ਆਇਆ ਉਹਨਾਂ ਨੂੰ, ਅਤੇ ਹੈਗੇ ਸੀ 20-25 ਜਾਣੇ, ਉਹਨਾਂ ਨੂੰ ਫਿਰ ਸਾਹ ਆਇਆ, ਕਹਿੰਦੇ ਆ ਜਾਓ ਬਲੌਗਰ ਸਾਹਿਬ ਹੀ ਆ, ਫਿਰ ਵਾਪਸ ਆਏ, ਫਿਰ ਉਰੇ 2-4 ਮਿੰਟ ਇੰਜੋਏ ਕੀਤਾ, ਹੁਣ ਚੱਲ ਗਏ ਨੇ ਸਾਰੇ, ਆਪਾਂ ਵੀ ਚੱਲੇ ਹਾਂ, ਉਹ ਟ੍ਰੇਨ ਦੀ, ਉਹ ਇੱਕ ਮਿੰਟ ਆਇਆ ਮੈਂ ਟ੍ਰੇਨ ਦੀ ਲਾਈਨਾਂ ਦੀ ਵੀਡੀਓ ਬਣਾ ਕੇ ਮਾੜੀ ਜੀ, ਹਾਂ ਛੇਤੀਆਂ ਹੁਣੇ ਗਿਆ ਤੇ ਹੁਣੇ ਆ ਮੈਂ। ਤੇ ਇੱਧਰ ਇਹਨਾਂ ਨੇ ਲਾਏ ਨੇ ਤੰਬੂ ਤੇ ਕੰਮ ਚੱਲੇਗਾ, ਚਲੋ ਪੁੱਛਦੇ ਇਹਨਾਂ ਨੂੰ ਵੀ ਆ ਗਏ। ਅੱਛਾ ਇਹਨਾਂ ਨੇ ਤਾਰਾਂ ਲਾਤੀਆਂ ਉੱਤੇ, ਕੋਈ ਆਰ ਪਾਰ ਨਾ ਜਾਵੇ ਕਿਉਂਕਿ ਕਾਫੀ ਐਕਸੀਡੈਂਟ ਹੋਣ ਦੇ ਡਰ ਹੋ ਜਾਂਦੇ ਆ। ਆਹ ਕੋ ਕੰਡੇ ਤਾਰਾਂ, ਉਹ ਜਿਹੜੇ ਉਹ ਬਾਬੇ ਬੈਠੇ ਨੇ, ਭਾਜੀ ਬੈਠੇ ਨੇ, ਪੁੱਛਦੇ ਇਹਨਾਂ ਨੂੰ। ਸਤਿ ਸ਼੍ਰੀ ਅਕਾਲ ਬਾਬਾ ਜੀ, ਹੋਰ ਕੀ ਹਾਲ ਜੀ? ਠੀਕ ਹੈ ਜੀ, ਟ੍ਰੇਨ ਦੀ ਲੈਣ, ਠੀਕ ਹੈ ਠੀਕ ਠੀਕ ਆ, ਕਿੰਨੇ ਟਾਈਮ ਨੂੰ ਬਣਜੂ? ਅੱਛਾ ਸਾਲ ਲੱਗ ਜਾਣਾ, ਫਿਰ ਟ੍ਰੇਨਾਂ ਦਾ ਸਫ਼ਰ ਵੱਧ ਜਾਏਗਾ ਨਾ, ਇੱਕ ਜਾਣ ਅਤੇ ਇੱਕ ਆਉਣ। ਹਾਂ ਹਾਂਜੀ ਹਾਂਜੀ, ਇੱਥੇ ਫਿਰ ਤੁਸੀਂ ਰਹਿੰਦੇ ਹੋ ਰਾਤ ਅੰਦਰ ਇਹਦੇ ਦੋਵੇਂ ਨੇ? ਠੀਕ ਆ, ਮੁਸ਼ਕਿਲ ਤਾਂ ਨਹੀਂ ਹੁੰਦੀ ਰਹਿਣ 'ਚ? ਕੰਬਲ ਹੁੰਦੇ, ਠੀਕ ਆ। ਮੇਰੇ ਵੀਰੋ ਅਦੁੱਲੇ ਆਪਣੇ ਵੀਰ ਭਰਾ ਇੱਧਰ ਰਹਿੰਦੇ ਨੇ ਅਤੇ ਕੰਮ ਵੀ ਕਰਦੇ ਪਏ ਨੇ, ਉਹਨਾਂ ਨਾਲ ਦਾ ਵੀਰ ਆਵਾਜ਼ਾਂ ਮਾਰਨ ਦਾ ਲੇਟ ਹੋ ਰਿਹਾ ਆਪਾਂ। ਮੇਰੇ ਵੀਰੋ ਇੱਧਰ ਟ੍ਰੇਨ ਦੀ ਲਾਈਨ ਬਣੂਗੀ ਅਤੇ ਜਿਨ੍ਹਾਂ ਨੇ ਅੱਗੇ ਜਾਣਾ ਵਾ ਮਲੇਰਕੋਟਲਾ ਗਾਂ, ਮੈਨੂੰ ਵੀ ਨਹੀਂ ਪਤਾ ਕਿੱਧਰ ਨੂੰ ਜਾਂਦਾ ਰਸਤਾ, ਰਾਜਸਥਾਨ ਵਗੈਰਾ ਸ਼ਾਇਦ, ਹੁਣ ਸੌਖਾ ਹੋ ਜਾਏਗਾ ਆਉਣ ਜਾਣ 'ਚ, ਟ੍ਰੇਨ ਇੱਕ ਹੋਰ ਵੱਧ ਜਾਏਗੀ। ਚੰਗਾ ਜੀ, ਹਾਂਜੀ, ਅਤੇ ਤੁਸੀਂ ਕੀ ਬਣਾ ਰਹੇ ਹੋ? ਅੱਛਾ ਘਰ ਦਾ ਕੰਮ, ਟੇਬਲ, ਠੀਕ ਠੀਕ। ਅੱਛਾ ਰੋਟੀ ਖਾਣ ਵਾਸਤੇ, ਠੀਕ ਆ। ਕਿੰਨੇ ਦਿਨ ਤੋਂ ਇੱਥੇ ਹੋ ਤੁਸੀਂ? ਡੇਢ ਮਹੀਨਾ, ਠੀਕ ਹੈ, ਯਾਨੀ ਕਿ ਹਾਲੇ 8.5-9 ਮਹੀਨੇ ਰਹੋਗੇ ਫਿਰ, ਹੈ ਨਾ, ਸਾਲ ਲੱਗ ਜਾਣ ਇੱਥੇ, ਠੀਕ ਆ। ਅੱਛਾ ਉੱਧਰੋਂ ਲੁਧਿਆਣੇ ਵਾਲੀ ਸਾਈਡ ਤੋਂ ਬੰਦੀ ਆ ਰਹੀ, ਠੀਕ 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 ਆ। ਚੰਗਾ ਜੀ, ਵਧੀਆ ਲੱਗਿਆ ਜੀ ਮਿਲ ਕੇ, ਚਲੋ ਸਲੂਟ ਆ ਇਹਨਾਂ ਨੂੰ ਵੀ ਜਿਹੜੇ ਇੱਥੇ ਸਾਲ ਕੱਢਣਗੇ, ਆ ਦੋਨੇ ਵੀਰ ਭਰਾ ਇੱਥੇ ਰਹਿਣਗੇ, ਕੰਮ ਕਰਨਗੇ। ਹਾਂ ਪੁੱਛਿਆ ਮੈਂ, ਕਹਿੰਦੇ ਡੇਢ ਮਹੀਨਾ ਹੋ ਗਿਆ ਜੇ, ਹਜੇ ਹੋਰ ਰਹਿਣਾ, ਲਾ ਲਓ ਤੁਸੀਂ 10.5-10 ਮਹੀਨੇ ਹਜੇ ਕੱਢਣਗੇ ਹੋਰ, ਇਹ ਇੱਥੇ ਟ੍ਰੇਨ ਦੀ ਲਾਈਨ ਨਿਕਲੂਗੀ ਇੱਕ ਹੋਰ। ਹੁਣ 10-11 ਮਹੀਨੇ ਬਾਬੇ ਦੋਨੇ ਇੱਥੇ ਰਹਿਣਗੇ, ਕਹਿੰਦੇ ਟ੍ਰੇਨ ਦੀ ਲਾਈਨ ਬਣੂਗੀ ਫਿਰ ਆਪਾਂ ਜਾਵਾਂਗੇ, ਅਤੇ ਹੁਣ ਆਪਾਂ ਵੀ ਚੱਲਿਆ ਘਰੇ, ਅਤੇ ਜ਼ੁਕਾਮ ਹੋ ਗਿਆ ਬਹੁਤ ਤਕੜੇ ਵਾਲਾ। ਚੱਲ ਮੁੰਡਿਆ ਚੱਲੀਏ ਫਿਰ ਘੁਮਾ ਕਾਵਾਸਾਕੀ। ਟਾਟਾ ਬਾਏ ਬਾਏ, ਮਿਲਦੇ ਹਾਂ। ਚ
ਚਲੋ ਮੇਰੇ ਵੀਰੋ ਬੱਤਕਾਂ ਦੇਖੋ ਕਿੰਨੀਆਂ ਸਾਰੀਆਂ ਨੇ, ਅੱਧੀਆਂ ਨੇ ਸੜਕ ਕਰੋਸ ਕਰ ਲਿਆ ਵਾ ਅਤੇ ਅੱਧੀਆਂ ਕਰਦੀਆਂ ਪਈਆਂ ਨੇ, ਹੁਣੇ ਉਲਝ ਗਈਆਂ ਨੇ ਮੇਨ ਲੀਡਰ ਕੌਣ ਬਣੇ ਸਾਡਾ। ਹੁਣ ਜਿੰਨੇ ਤੁਸੀਂ ਇਹ ਨਹਿਰ 'ਚ ਦੇਖ ਰਹੇ ਹੋ ਬੱਤਕਾਂ, ਇਹ ਸਾਰੀਆਂ ਹੁਣ ਇਕੱਠੀਆਂ ਹੋ ਗਈਆਂ ਇੱਧਰ ਨੂੰ ਆਉਣਗੀਆਂ, ਇੱਕ ਦੂਜੇ ਦੇ ਮਗਰ ਮਗਰ ਜਾਣਗੀਆਂ। ਹੁਣ ਵੀ ਸੋਚ ਸੋਚ ਕੇ ਚੱਲਦੀਆਂ ਪਈਆਂ, ਮੇਨ ਲੀਡਰ ਬਣੂਗਾ ਇਹਨਾਂ ਦਾ ਵੀ ਜਿਹੜਾ ਅੱਗੇ ਲੱਗ ਕੇ ਚੱਲੂਗਾ, ਫਿਰ ਸਾਰੀਆਂ ਇਹਨਾਂ ਦੇ ਪਿੱਛੇ ਪਿੱਛੇ ਆਉਣਗੀਆਂ। ਚਲੋ ਦੇਖਦੇ ਅੱਗੇ ਜਾਂਦੀਆਂ ਕਿੱਥੇ ਪਈਆਂ ਇਹ। ਬੰਦ ਕਰ ਲਾ, ਬੰਦ ਕਰ ਲਾ ਇਹਨਾਂ ਨੂੰ, ਕਾਲੂਗੀ ਕਰ ਲਿਆ ਓਏ। ਹਾਂ ਮੇਰੇ ਵੀਰੋ ਰੋਟੀਆਂ ਇਹਨਾਂ ਨੂੰ ਪਾ ਕੇ ਦੇਖਦੇ ਆਪਾਂ। ਲੈ ਕਾਲੂ ਹੁਣ ਆਇਆ ਹੈ, ਕਾਲੂ ਸਾਰੀਆਂ ਬੱਤਕਾਂ ਇੱਧਰ ਰਹਿੰਦੀਆਂ ਮੇਰੇ ਵੀਰੋ ਜਾਲੀ ਦੇ ਅੰਦਰ। ਲਓ ਜੀ ਹੁਣ ਆਪਾਂ ਨਿਕਲ ਚੁੱਕੇ ਹਾਂ ਬਲਾਈ ਸਾਹਿਬ ਤੋਂ। ਚਲੋ ਮੇਰੇ ਵੀਰੋ ਹੁਣ ਮੈਂ ਘਰੇ ਆ ਗਿਆ ਵਾਂ, ਅਤੇ ਮੇਲੇ ਜਾਣਾ ਸੀਗਾ ਅੱਜ, ਫਿਰ ਟਾਈਮ ਫਿਰ 10:30 ਹੋ ਗਏ ਸੀ। ਭਾਅ ਜੀ ਨੂੰ ਮੈਂ ਕਿਹਾ ਚਲੋ ਅਗਲੇ ਸੰਡੇ ਚੱਲਦੇ ਹਾਂ ਜਾਂ ਫਿਰ ਕੱਲ੍ਹ ਪਰਸੋਂ ਫਿਰ ਚੱਲਾਂਗੇ, ਉਹੀ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ ਮੇਲੇ ਦਾ ਟਾਈਮ ਸੀ 10 ਵਜੇ ਤੱਕ ਦਾ। ਆਪਾਂ ਵੀ ਦੇਖਣਾ ਸੀ ਕੀ ਮਾਹੌਲ ਆ, ਤੁਹਾਨੂੰ ਵੀ ਦਿਖਾਉਣਾ ਸੀ, ਅਤੇ ਹੁਣ ਘਰ ਆ ਗਿਆ ਵਾਂ। ਅਤੇ ਡਿਨਰ ਮੈਂ ਕਰ ਲਿਆ ਸੀਗਾ ਬਾਹਰੋਂ ਵੀ, ਮਤਲਬ ਯਾਰਾਂ ਦੋਸਤਾਂ ਨੇ ਖਵਾਤਾ ਸੀ, ਉਹਦੀ ਵੀਡੀਓ ਮੈਂ ਨਹੀਂ ਬਣਾਈ, ਕਈ ਸੀਨ ਹੁੰਦੇ ਮੈਂ ਦਿਖਾਉਂਦਾ ਨਹੀਂ ਹਾਂ ਅਤੇ ਕਈ ਦਿਖਾ ਦਿੰਦਾ ਵਾਂ, ਅਤੇ ਕਾਫੀ ਦੇਰ ਇੰਜੋਏ ਕੀਤਾ। ਮੈਂ ਤਕਰੀਬਨ ਘਰ 8 ਵਜੇ ਆ ਗਿਆ ਸੀਗਾ, ਅਤੇ ਆ ਆਪਣਾ ਕਿੰਨਾ ਟਾਈਮ ਹੋਇਆ 2.5 ਘੰਟੇ ਮੈਂ ਯਾਰਾਂ ਦੋਸਤਾਂ ਨਾਲ ਗੱਪਾਂ ਛੱਪਾਂ ਮਾਰ ਰਹੇ, ਖਾ ਪੀ ਰਹੇ ਸੀਗੇ, ਇੰਜੋਏ ਕਰ ਰਹੇ ਸੀਗੇ। ਹੁਣ ਘਰ ਆਇਆ ਵਾਂ ਅਤੇ ਅੱਜ ਦੀ ਵੀਡੀਓ ਨੂੰ ਫਿਰ ਆਪਾਂ ਇੱਥੇ ਐਂਡ ਕਰਦੇ ਹਾਂ, ਠੀਕ ਆ। ਅਤੇ ਮੈਂ ਇਹ ਕਹੂੰਗਾ ਜੇ ਤੁਹਾਨੂੰ ਕੁਛ ਵੀ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ, ਠੀਕ ਆ। ਅਤੇ ਮੈਂ ਇਹ ਕਹਿਣਾ ਚਾਹੁੰਦਾ ਵਾਂ ਜੇ ਤੁਸੀਂ 60 ਜਣੇ ਦੇਖਦੇ ਹੋ ਨਾ, ਜਿੰਨੇ ਵੀ 30, 40, 50, 60, 70 ਦੇਖਦੇ ਹੋ, ਤਾਂ ਇੰਨੇ ਜਣੇ ਲਾਈਕ ਵੀ ਕਰਦੇ ਕਰੋ, ਠੀਕ ਆ। ਲਾਈਕ ਜ਼ਰੂਰ ਕਰਦੇ ਕਰੋ, ਦੇਖ ਕੇ ਚੱਲ ਜਾਂਦੇ ਹੋ, ਇਹ ਗੱਲ ਗਲਤ ਆ ਜੀ, ਠੀਕ ਆ। ਇੱਕ ਲਾਈਕ ਕਰਦੇ ਕਰੋ, ਤੁਸੀਂ ਲਾਈਕ ਕਰੋਗੇ ਮੈਨੂੰ ਬਿਲਕੁਲ ਨਹੀਂ ਸ਼ੋ ਹੋਊਗਾ ਮੇਰੇ ਵੀਰੋ, ਤੁਸੀਂ ਸੋਚਦੇ ਆਪਾਂ ਲਾਈਕ ਕਰਤਾ, ਇਹ ਕਹੂੰ ਪਤਾ ਲੱਗ ਜੂਗਾ ਕਿ ਇੰਨੇ ਇੰਨੇ ਆ ਕੇ ਦੇਖੀ ਆ ਵੀਡੀਓ, ਇੱਦਾਂ ਦੀ ਕੋਈ ਘਬਰਾਉਣ ਦੀ ਲੋੜ। ਜੇ ਤੁਸੀਂ ਕਮੈਂਟ ਕਰੋਗੇ ਕਮੈਂਟਾਂ ਦਾ ਪਤਾ ਲੱਗ ਜੂਗਾ ਕਿ ਇਸ ਵੀਰ ਨੇ ਕਮੈਂਟ ਕੀਤਾ, ਲਾਈਕ ਕਰੋਗੇ ਉਹਦਾ ਨਹੀਂ ਪਤਾ ਲੱਗੂਗਾ ਬਿਲਕੁਲ ਵੀ ਨਹੀਂ ਕਿੰਨੇ ਲਾਈਕ ਕੀਤਾ ਤੁਹਾਡੀ ਵੀਡੀਓ ਤੋਂ, ਨਾ ਵਿਊ ਦਾ ਪਤਾ ਲੱਗਦਾ ਕਿੰਨੇ ਦੇਖੀ, ਸਿਰਫ ਪਤਾ ਲੱਗੂਗਾ ਕਮੈਂਟ ਤੋਂ ਵੀਰ ਦਾ ਕਮੈਂਟ ਹੈ। ਚਲੋ ਜੀ ਅੱਜ ਦੀ ਵੀਡੀਓ ਨੂੰ ਪਿੱਛੇ ਐਂਡ ਕਰਦੇ ਹਾਂ, ਠੀਕ ਆ, ਮਿਲਦੇ ਹਾਂ ਅਗਲੀ ਵੀਡੀਓ 'ਚ। ਓਕੇ ਟਾਟਾ ਗੁੱਡ ਬਾਏ, ਲਾਈਕ ਸ਼ੇਅਰ ਕਰਦੇ ਰਹੋ, ਠੀਕ ਆ।